ਖਿਲਾਫ ਸਰਾ ਪਤਜਾਜ ਬਣ ਕੇ ਅੱਜ ਮੁਲਾਜ਼ਮ ਇੱਥੇ ਪਹੁੰਚੇ ਨੇ ਕਿ ਅੱਲਾ ਪਾਕ ਇਹ ਇਮਤਿਆਜ਼ੀ ਸਲੂਕ ਖਤਮ ਕਰਨ ਦੀ ਇਹਨਾਂ ਨੂੰ ਤੌਫੀਕ ਦਾ ਫਰਮਾ ਦਿਓ ਜਾਂ ਅੱਲਾ ਪਾਕ ਇਹਨਾਂ ਦਾ ਫੇਰ ਇਹ ਬਿਸਤਰ ਕੋਲ ਫਰਮਾ ਦਿਓ ਉਹ ਹੁਕਮਰਾਨ ਉਹ ਬਾਖਤਿਆਰ ਬਣਾ ਦਿਓ ਜਿਹੜੇ ਫਰਦੀ ਬਗੈਰ ਫਰਦੀ ਹਰ ਮੁਲਾਜ਼ਮ ਨੂੰ ਯਕਸਰ ਡੀਲ ਕਰਨ ਯਕਸਰ ਤਨਖਾਹਾਂ ਇਜ਼ਾਫਾ ਯਕਸਰ ਮਰਾਤ ਦੇਣ ਅੱਲਾ ਪਾਕ ਜਿਸ ਤਰ੍ਹਾਂ ਇੱਥੇ ਡੀ ਡੀ ਦੇ ਮੁਲਾਜ਼ਮਾਂ ਨੂੰ 150% ਫੀਸਦ ਯੂਟੀਲਿਟੀ ਲਾਉਂਸ ਔਰ ਦੀਗਰ ਮਰਾਤ ਦਿੱਤੀਆਂ ਨੇ ਔਰ ਵਫਾਕੀ ਮੁਲਾਜ਼ਮਾਂ ਨੂੰ ਅੱਲਾ ਪਾਕ 25% ਇਸ ਹਕੂਮਤ ਨੇ ਨਾਨਕ ਸਾਹਿਬ ਹਕੂਮਤ ਨੇ ਮਜਬੂਰੀ ਦੇ ਹਾਲ 'ਚ ਦਿੱਤਾ ਹੈ ਉਹ ਅੱਲਾ ਪਾਕ ਪੰਜਾਬ ਦੇ ਤਮਾਮ ਮੁਲਾਜ਼ਮਾਂ ਨੂੰ ਦੇ ਦਿੱਤੀ ਇਹਨਾਂ ਨੂੰ ਹਦਾਇਤ ਨਸੀਬ ਫਰਮਾ ਦਿਓ ਅੱਲਾ ਪਾਕ ਜਾਂ ਫਿਰ ਕੋਈ ਦੀਗਰ ਬੰਦੋਬਸਤ ਫਰਮਾ ਦਿਓ ਅੱਲਾ ਪਾਕ ਤਮਾਮ ਮੁਲਾਜ਼ਮਾਂ ਦੇ ਦਰਮਿਆਨ ਪਿਆਰ ਮੁਹੱਬਤ ਔਰ ਇਤਫਾਕ ਪੈਦਾ ਫਰਮਾ ਦਿਓ ਅੱਲਾ ਪਾਕ ਇਹ ਜਿਹੜੇ ਸਾਥੀ ਘਰ ਛੱਡ ਕੇ ਇੱਥੇ ਪਹੁੰਚੇ ਨੇ ਤੇਰੇ ਹੁਕਮ ਦੀ ਬਜਾਵਰੀ ਵਾਸਤੇ ਤੇ ਅੱਲਾ ਪਾਕ ਤੁਹਾਡਾ ਹੁਕਮ ਹੈ ਕਿ ਮੇਰੇ ਬੰਦਿਆਂ ਦੇ ਕੰਮ ਆ ਤੇਰੇ ਕੰਮ ਮੈਂ ਕਰਾਂਗਾ ਤੇ ਅੱਲਾ ਪਾਕ ਤੁਹਾਨੂੰ ਇਹ ਅਮਲ ਬੜਾ ਪਸੰਦ ਹੈ ਤੇ ਅੱਲਾ ਪਾਕ ਇਹ ਸਾਥੀ ਪੂਰੇ ਪੰਜਾਬ ਔਰ ਪੂਰੇ ਪਾਕਿਸਤਾਨ ਦੇ ਮੁਲਾਜ਼ਮਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਆਏ ਨੇ ਅੱਲਾ ਪਾਕ ਇਹਨਾਂ ਦੀ ਔਰ ਇਹਨਾਂ ਦੇ ਅਹਲੇ ਖਾਨਾ ਦੀ ਮਦਦ ਔਰ ਹਿਫਾਜ਼ਤ ਗੈਰ ਤੋਂ ਤਾ ਫਰਮਾ ਦੇ ਇਹਨਾਂ ਨੂੰ ਕਾਮਯਾਬੀ ਕਾਮਰਾਨੀਆਂ ਹਮਕਰਾਰ ਫਰਮਾ ਦੇ ਅੱਲਾ ਪਾਕ ਇਹ ਪ੍ਰੈਸ ਔਰ ਮੀਡੀਆ ਦੇ ਸਾਥੀ ਜਿਹੜੇ ਆਪਣੇ ਘਰਾਂ 'ਚੋਂ ਆਪਣੇ ਬੀਵੀ ਬੱਚਿਆਂ ਦੇ ਨਾਲ ਇੱਦਾਂ ਛੱਡ ਗਏ ਇਹਨਾਂ ਦੀ ਤਰ੍ਹਾਂ ਜਜ਼ਾਫਾ ਤਾਂ ਨਹੀਂ ਹੋਣਾ ਲੇਕਿਨ ਅੱਲਾ ਪਾਕ ਇਹ ਵੀ ਅੱਲਾ ਪਾਕ ਤੇਰੇ ਹੁਕਮ ਦੀ ਬਜਾਵਰੀ ਵਾਸਤੇ ਇਹ ਦੁਖੀ ਮੁਲਾਜ਼ਮੀਨ ਦੀ ਖਿਦਮਤ ਵਾਸਤੇ ਇਹ ਪ੍ਰੈਸ ਮੀਡੀਆ ਦੇ ਸਾਥੀ ਵੀ ਇੱਥੇ ਮੌਜੂਦ ਨੇ ਇਹਨਾਂ 'ਤੇ ਵੀ ਇਹਨਾਂ ਦੇ ਅਹਲੇ ਖਾਨਾ 'ਤੇ ਵੀ ਆਪਣਾ ਖਾਸ ਫਜ਼ਲ ਔਰ ਕਰਮ ਫਰਮਾ ਆਮੀਨ ਅੱਲਾ 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 ਅੱਲ